ਮਗਰੂਰ ਘੋੜਾ। ਇੱਕ ਆਦਮੀ ਆਇਆ, ਉਸ ਦੇ ਕੋਲ ਇੱਕ ਘੋੜਾ ਤੇ ਇੱਕ ਖੋਤਾ ਆਇਆ। ਉਹ ਇਹਨਾਂ ਦੋਵਾਂ ਨੂੰ ਬਾਜ਼ਾਰ ਲੈ ਕੇ ਜਾਂਦਾ ਵੀ ਆਇਆ। ਆਦਮੀ ਨੇ ਸਾਰਾ ਸਮਾਨ ਖੋਤੇ ਉੱਤੇ ਰਖਾਇਆ, ਘੋੜਾ ਗਰੂਰ ਦੇ ਨਾਲ ਅਕੜ ਕੇ ਚੱਲਦਾ ਵੀ ਆਇਆ। ਖੋਤਾ ਵਿਚਾਰਾ ਵਜ਼ਨ ਦੇ ਬੋਝ ਦੀ ਵਜ੍ਹਾ ਨਾਲ ਦੋ ਕਦਮ ਵੀ ਨਹੀਂ ਚੱਲ ਸਕਦਾ ਆ। ਆਖਿਰਕਾਰ ਉਸਨੇ ਘੋੜੇ ਨੂੰ ਕਿਹਾ, ਪਿਰਾ ਘੋੜੇ, ਥੋੜ੍ਹਾ ਜਿਹਾ ਬੋਝ ਤੂੰ ਲੈ ਲੈ, ਮੈਂ ਇਤਨਾ ਬੋਝ ਲੈ ਕੇ ਨਹੀਂ ਚੱਲ ਸਕਦਾ ਵਾਂ। ਘੋੜੇ ਨੇ ਮੂੰਹ ਫੇਰ ਕੇ ਜਵਾਬ ਦਿੱਤਾ, ਮੈਂ ਕਿਉਂ ਲੈਵਾਂ, ਖੈਰ ਹੋਵੇ, ਮੈਨੂੰ ਤੇਰੇ ਅਤੇ ਤੇਰੇ ਬੋਝ ਦੀ ਕੀ ਪਰਵਾਹ, ਖਬਰਦਾਰ ਕਿ ਦੁਬਾਰਾ ਮੇਰੇ ਨਾਲ ਬੋਝ ਵੜਨੇ ਦੀ ਗੱਲ ਕੀਤੀ ਆ। ਖੋਤਾ ਚੁੱਪ ਕਰ ਗਿਆ। ਉਹ ਥੋੜ੍ਹੇ ਜਿਹੇ ਦੂਰ ਗਏ ਅਤੇ ਖੋਤਾ ਥੱਕ ਕੇ ਟੈ ਪਿਆ। ਇਹ ਦੇਖ ਕੇ ਮਾਲਕ ਨੇ ਸਾਰਾ ਬੋਝ ਖੋਤੇ ਸੀ ਲੈ ਕੇ ਘੋੜੇ ਦੀ ਕਮਰ 'ਤੇ ਰੱਖ ਦਿੱਤਾ। ਹੁਣ ਘੋੜੇ ਨੂੰ ਗਰੂਰ ਦੀ ਹਕੀਕਤ ਮਾਲੂਮ ਹੋਈ। ਉਸਨੇ ਬੜੇ ਹੱਥ ਪੈਰ ਮਾਰੇ, ਬੜੇ ਮਾਲਕ ਦੇ ਡੰਡੇ ਅੱਗੇ ਉਸ ਇੱਕ ਨਾ ਚਲੀ। ਮਜਬੂਰ ਹੋ ਕੇ ਉਸਨੂੰ ਸਾਰਾ ਬੋਝ ਬਾਜ਼ਾਰ ਲਿਜਾਣਾ ਪਿਆ। ਰਸਤੇ ਵਿੱਚ ਖੋਤੇ ਨੇ ਘੋੜੇ ਨੂੰ ਕਿਹਾ, ਭਰਾ ਅਗਰ ਤੂੰ ਪਹਿਲੇ ਹੀ ਮੇਰਾ ਥੋੜ੍ਹਾ ਬੋਝ ਲੈ ਲੈਂਦੋ ਤਾਂ ਵੱਧ ਸਾਰਾ ਬੋਝ ਲੈ ਕੇ ਕਿਉਂ ਚੱਲਣਾ ਪੈਂਦਾ। ਘੋੜੇ ਨੇ ਸ਼ਰਮਿੰਦਾ ਹੋ ਕੇ ਸਿਰ ਤਲੇ ਕਰ ਲਿਆ। ਦੇਖਾ ਬੱਚੋ, ਦੁਨੀਆ ਵਿੱਚ ਬੜੇ ਲੋਕ ਇਸ ਤਰ੍ਹਾਂ ਹੁਣ ਜਿਹੜੇ ਦੂਸਰਿਆਂ ਨੂੰ ਮੁਸੀਬਤ ਵਿੱਚ ਦੇਖ ਕੇ ਖੁਸ਼ ਹੁੰਦੇ ਹੁਣ ਅਤੇ ਉਹਨਾਂ ਦੀ ਮਦਦ ਨਹੀਂ ਕਰਦੇ, ਮਗਰ ਜਦੋਂ ਉਹਨਾਂ 'ਤੇ ਮੁਸੀਬਤ ਆਉਂਦੀ ਹੈ ਤਾਂ ਰੋਣੇ ਧੋਣੇ ਪਾ ਲੈਂਦੇ ਹਨ। ਸਾਨੂੰ ਚਾਹੀਦਾ ਹੈ ਕਿ ਦੁੱਖ ਦਰਦ ਵਿੱਚ ਆਪਣੇ ਭਰਾਵਾਂ ਦਾ ਸਾਥ ਦਈਆਂ ਅਤੇ ਉਹਨਾਂ ਦੀ ਮਦਦ ਕਰੀਆਂ।